ਮਰਜੂ ਤੁਸੀਂ ਇੱਕੇ ਮੁੰਡਾ ਮਾਰਤਾ ਟਾ ਜਾਣਿਆ ਨੇ ਇਹ ਮੰਮੂ ਤੋਂ ਖੂਨ ਕਰ ਇਹ ਖੂਨ ਕਰ ਇਹ ਸਿਰ ਪਾੜਤਾ ਗਾਰਡ ਦੀ ਗਲਤੀ ਸਾਰੀ ਹੈ ਭਾਈ ਗਾਰਡ ਗੇਟ ਤੱਕ ਦੇਖੇਗਾ ਨਾ ਤੁਸੀਂ ਅੰਦਰ ਨਹੀਂ ਬਾੜ ਸਕੇ ਬੱਚਾ ਗੁੰਡਾਗਰਦੀ ਦੀਆਂ ਤਸਵੀਰਾਂ ਇੱਕ ਸਕੂਲ ਦੇ ਅੰਦਰ ਦੀਆਂ ਨੇ ਜਿੱਥੇ ਇੱਕ 11ਵੀਂ ਜਮਾਤ ਦੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਕਰਨ ਵਾਲੇ ਬਾਹਰੋਂ ਆਏ ਮੁੰਡੇ ਦੱਸੇ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਬਾਹਰੋਂ ਕੁਝ ਮੁੰਡੇ ਆਉਂਦੇ ਨੇ, ਹੱਥਾਂ ਦੇ ਵਿੱਚ ਡੰਡੇ ਹੁੰਦੇ ਨੇ ਤੇ ਸਿੱਧਾ ਸਕੂਲ ਦੇ ਵਿੱਚ ਐਂਟਰ ਕਰ ਜਾਂਦੇ ਨੇ, ਜਿਨ੍ਹਾਂ ਨੂੰ ਨਾ ਤਾਂ ਕੋਈ ਰੋਕਦਾ ਹੈ ਤੇ ਨਾ ਹੀ ਕੋਈ ਦੇਖਦਾ ਹੈ। ਜਿਸ ਤੋਂ ਬਾਅਦ ਇਹ ਸਿੱਧਾ 11ਵੀਂ ਜਮਾਤ ਦੇ ਇਸ ਵਿਦਿਆਰਥੀ ਕੋਲ ਪਹੁੰਚਦੇ ਨੇ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ। ਡਰਦੇ ਹੋਏ ਬਾਕੀ ਵਿਦਿਆਰਥੀ ਦੂਰ ਭੱਜ ਜਾਂਦੇ ਨੇ। ਕਈਆਂ ਦੇ ਵੱਲੋਂ ਇਸ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਇੱਥੇ ਸਕੂਲ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਇਹ ਸਾਰਾ ਮੰਜ਼ਰ ਕੈਦ ਹੋ ਗਿਆ, ਜਿੱਥੇ ਇਸ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਡੰਡੇ ਮਾਰ ਮਾਰ ਕੇ ਉਸਨੂੰ ਜ਼ਮੀਨ ਤੇ ਲਟਾਇਆ ਗਿਆ, ਪਰ ਹਮਲਾ ਕਰਨੋਂ ਨਹੀਂ ਹਟੇ ਹਮਲਾਵਰ। ਜਿਸ ਤੋਂ ਬਾਅਦ ਬੱਚੇ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲਾ ਚੰਡੀਗੜ੍ਹ ਦੇ ਮਲੋਆ ਦੇ ਸਰਕਾਰੀ ਸਕੂਲ ਦਾ ਹੈ, ਜਿੱਥੇ ਇੱਕ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕੁਝ ਬਾਹਰੋਂ ਆਏ ਮੁੰਡਿਆਂ ਦੇ ਵੱਲੋਂ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਖੂਨੋ ਖੂਨ ਕਰਕੇ ਉੱਥੇ ਛੱਡ ਕੇ ਆਪ ਫਰਾਰ ਹੋ ਜਾਂਦੇ ਨੇ। ਬਾਕੀ ਵਿਦਿਆਰਥੀ ਵੀ ਉਹਨਾਂ ਨੂੰ ਛੁਡਾ ਨਹੀਂ ਪਾਉਂਦੇ, ਡਰ ਦਾ ਕੋਈ ਵੀ ਨਜ਼ਦੀਕ ਨਹੀਂ ਜਾਂਦਾ, ਬਲਕਿ ਉੱਥੇ ਵੀਡੀਓ ਬਣਾਉਂਦੇ ਨੇ। ਜਿਸ ਤੋਂ ਬਾਅਦ ਜਦੋਂ ਸਟਾਫ ਇੱਥੇ ਪਹੁੰਚਦਾ ਹੈ ਤਾਂ ਫਿਰ ਇਹ ਮੁੰਡੇ ਉੱਥੋਂ ਫਰਾਰ ਹੋ ਜਾਂਦੇ ਨੇ। ਖੂਨ ਨਾਲ ਲੱਥਪੱਥ ਇਸ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਸਕੂਲ ਦੇ ਵਿੱਚ ਇੰਨੀ ਵੱਡੀ ਵਾਰਦਾਤ ਦਾ ਹੋਣਾ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ, ਕਿਉਂਕਿ ਸਕੂਲ ਦੇ ਵਿੱਚ ਜਦੋਂ ਡੰਡੇ ਲੈ ਕੇ ਇਹ ਮੁੰਡੇ ਦਾਖਲ ਹੁੰਦੇ ਨੇ ਤੇ ਇਹਨਾਂ ਨੂੰ ਕੋਈ ਵੀ ਨਹੀਂ ਦੇਖਦਾ ਤੇ ਨਾ ਹੀ ਕੋਈ ਰੋਕਦਾ ਹੈ। ਯਾਨੀ ਕਿ ਗੇਟ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੀ ਸਿਕਿਉਰਿਟੀ ਨਹੀਂ ਸੀ, ਜਿਸ ਕਰਕੇ ਇਹ ਮੁੰਡੇ ਆਰਾਮ ਦੇ ਨਾਲ ਅੰਦਰ ਆਉਂਦੇ ਨੇ ਤੇ ਇਸ 11ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਕਰਕੇ ਚਲੇ ਜਾਂਦੇ ਨੇ। ਫਿਲਹਾਲ ਇਸ ਵਿਦਿਆਰਥੀ ਦੇ ਮਾਪੇ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ। ਮਰਜੂ ਤੁਸੀਂ ਇੱਕੇ ਮੁੰਡਾ ਮਾਰਤਾ ਟਾ ਜਾਣਿਆ ਨੇ ਇਹ ਮੰਮੂ ਤੋਂ ਖੂਨ ਇਹ ਖੂਨ ਕਰ ਇਹ ਸਿਰ ਪਾੜਤਾ ਗਾਰਡ ਦੀ ਗਲਤੀ ਸਾਰੀ ਹੈ ਭਾਈ ਗਾਰਡ ਗੇਟ ਤੱਕ ਦੇਖੇਗਾ ਨਾ ਤੁਸੀਂ ਅੰਦਰ ਨਹੀਂ ਬਾੜ ਸਕੇ ਬੱਚਾ। ਗੁੰਡਾਗਰਦੀ ਦੀਆਂ ਤਸਵੀਰਾਂ ਇੱਕ ਸਕੂਲ ਦੇ ਅੰਦਰ ਦੀਆਂ ਨੇ, ਜਿੱਥੇ ਇੱਕ 11ਵੀਂ ਜਮਾਤ ਦੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਕੁੱਟਮਾਰ ਕਰਨ ਵਾਲੇ ਬਾਹਰੋਂ ਆਏ ਮੁੰਡੇ ਦੱਸੇ ਜਾ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਬਾਹਰੋਂ ਕੁਝ ਮੁੰਡੇ ਆਉਂਦੇ ਨੇ, ਹੱਥਾਂ ਦੇ ਵਿੱਚ ਡੰਡੇ ਹੁੰਦੇ ਨੇ ਤੇ ਸਿੱਧਾ ਸਕੂਲ ਦੇ ਵਿੱਚ ਐਂਟਰ ਕਰ ਜਾਂਦੇ ਨੇ, ਜਿਨ੍ਹਾਂ ਨੂੰ ਨਾ ਤਾਂ ਕੋਈ ਰੋਕਦਾ ਹੈ ਤੇ ਨਾ ਹੀ ਕੋਈ ਦੇਖਦਾ ਹੈ। ਜਿਸ ਤੋਂ ਬਾਅਦ ਇਹ ਸਿੱਧਾ 11ਵੀਂ ਜਮਾਤ ਦੇ ਇਸ ਵਿਦਿਆਰਥੀ ਕੋਲ ਪਹੁੰਚਦੇ ਨੇ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ। ਡਰਦੇ ਹੋਏ ਬਾਕੀ ਵਿਦਿਆਰਥੀ ਦੂਰ ਭੱਜ ਜਾਂਦੇ ਨੇ। ਕਈਆਂ ਦੇ ਵੱਲੋਂ ਇਸ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਇੱਥੇ ਸਕੂਲ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਇਹ ਸਾਰਾ ਮੰਜ਼ਰ ਕੈਦ ਹੋ ਗਿਆ, ਜਿੱਥੇ ਇਸ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਡੰਡੇ ਮਾਰ ਮਾਰ ਕੇ ਉਸਨੂੰ ਜ਼ਮੀਨ ਤੇ ਲਟਾਇਆ ਗਿਆ, ਪਰ ਹਮਲਾ ਕਰਨੋਂ ਨਹੀਂ ਹਟੇ ਹਮਲਾਵਰ। ਜਿਸ ਤੋਂ ਬਾਅਦ ਬੱਚੇ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲਾ ਚੰਡੀਗੜ੍ਹ ਦੇ ਮਲੋਆ ਦੇ ਸਰਕਾਰੀ ਸਕੂਲ ਦਾ ਹੈ, ਜਿੱਥੇ ਇੱਕ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਕੁਝ ਬਾਹਰੋਂ ਆਏ ਮੁੰਡਿਆਂ ਦੇ ਵੱਲੋਂ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਖੂਨੋ ਖੂਨ ਕਰਕੇ ਉੱਥੋਂ ਛੱਡ ਕੇ ਆਪ ਫਰਾਰ ਹੋ ਜਾਂਦੇ ਨੇ। ਬਾਕੀ ਵਿਦਿਆਰਥੀ ਵੀ ਉਹਨਾਂ ਨੂੰ ਛੁਡਾ ਨਹੀਂ ਪਾਉਂਦੇ, ਡਰ ਦਾ ਕੋਈ ਵੀ ਨਜ਼ਦੀਕ ਨਹੀਂ ਜਾਂਦਾ, ਬਲਕਿ ਉੱਥੇ ਵੀਡੀਓ ਬਣਾਉਂਦੇ ਨੇ। ਜਿਸ ਤੋਂ ਬਾਅਦ ਜਦੋਂ ਸਟਾਫ ਇੱਥੇ ਪਹੁੰਚਦਾ ਹੈ ਤਾਂ ਫਿਰ ਇਹ ਮੁੰਡੇ ਉੱਥੋਂ ਫਰਾਰ ਹੋ ਜਾਂਦੇ ਨੇ। ਖੂਨ ਨਾਲ ਲੱਥਪੱਥ ਇਸ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਸਕੂਲ ਦੇ ਵਿੱਚ ਇੰਨੀ ਵੱਡੀ ਵਾਰਦਾਤ ਦਾ ਹੋਣਾ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ, ਕਿਉਂਕਿ ਸਕੂਲ ਦੇ ਵਿੱਚ ਜਦੋਂ ਡੰਡੇ ਲੈ ਕੇ ਇਹ ਮੁੰਡੇ ਦਾਖਲ ਹੁੰਦੇ ਨੇ ਤੇ ਇਹਨਾਂ ਨੂੰ ਕੋਈ ਵੀ ਨਹੀਂ ਦੇਖਦਾ ਤੇ ਨਾ ਹੀ ਕੋਈ ਰੋਕਦਾ ਹੈ। ਯਾਨੀ ਕਿ ਗੇਟ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਵੀ ਸਿਕਿਉਰਿਟੀ ਨਹੀਂ ਸੀ, ਜਿਸ ਕਰਕੇ ਇਹ ਮੁੰਡੇ ਆਰਾਮ ਦੇ ਨਾਲ ਅੰਦਰ ਆਉਂਦੇ ਨੇ ਤੇ ਇਸ 11ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟਮਾਰ ਕਰਕੇ ਚਲੇ ਜਾਂਦੇ ਨੇ। ਫਿਲਹਾਲ ਇਸ ਵਿਦਿਆਰਥੀ ਦੇ ਮਾਪੇ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ।